ਇੱਕ ਆਟਾ ਚੱਕੀ ਵਾਲੇ ਦੇ ਨਾਲ ਲੁੱਟ ਦੀ ਕੋਸ਼ਿਸ਼ ਕੀਤੀ ਗਈ ਹੈ। ਦੱਸ ਦਈਏ ਕਿ ਆਟਾ ਚੱਕੀ ਵਾਲੇ ਦੀ ਦਲੇਰੀ ਨੇ ਜੋ ਲੁਟੇਰੇ ਸੀ ਉਹਨਾਂ ਨੂੰ ਪੁੱਠੇ ਪੈਰੀ ਭੱਜਣ ਨੂੰ ਮਜਬੂਰ ਕਰ ਦਿੱਤਾ, ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਲੁਟੇਰਿਆਂ ਦੇ ਵੱਲੋਂ ਉਸ ਆਟਾ ਚੱਕੀ ਵਾਲੇ ਦੀ ਲੱਤ 'ਚ ਗੋਲੀ ਮਾਰ ਕੇ ਫਰਾਰ ਹੋ ਜਾਂਦੇ ਨੇ। ਹਾਲਾਂਕਿ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਬਜ਼ੁਰਗ ਵਿਅਕਤੀ ਬੈਠਾ ਨਜ਼ਰ ਆ ਰਿਹਾ ਅਤੇ ਠੀਕ ਉਸਦੇ ਸਾਹਮਣੇ ਤੋਂ ਆ ਕੇ ਇੱਕ ਵਿਅਕਤੀ ਦੇ ਵੱਲੋਂ ਪਹਿਲਾਂ ਤਾਂ ਪਿਸਤੌਲ ਤਾਣੀ ਜਾਂਦੀ ਹੈ, ਪਰ ਜਿਵੇਂ ਹੀ ਉਸ ਬਜ਼ੁਰਗ ਵਿਅਕਤੀ ਦੇ ਵੱਲੋਂ ਉਸਦਾ ਮੁਕਾਬਲਾ ਕੀਤਾ ਜਾਂਦਾ ਹੈ ਤਾਂ ਜੋ ਲੁਟੇਰੇ ਸੀ ਉਹ ਬਾਈਕ ਦੇ ਉੱਤੇ ਆਏ ਹੁੰਦੇ ਨੇ ਅਤੇ ਆਪਣਾ ਵਿਰੋਧ ਹੁੰਦੇ ਦੇਖ ਮੌਕੇ ਤੋਂ ਜਦੋਂ ਫਰਾਰ ਹੋਣ ਲੱਗਦੇ ਨੇ ਤਾਂ ਉਸ ਆਟਾ ਚੱਕੀ ਵਾਲੇ ਦੀ ਲੱਤ 'ਚ ਗੋਲੀ ਮਾਰ ਦਿੰਦੇ ਨੇ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਆਟਾ ਚੱਕੀ ਵਾਲਾ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦਾ ਹੈ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਇਹ ਆਟਾ ਚੱਕੀ ਵਾਲਾ ਜਦੋਂ ਆਪਣੀ ਦੁਕਾਨ ਨੂੰ ਬੰਦ ਕਰਕੇ ਆ ਕੇ ਆਪਣੇ ਭਰਾ ਦੀ ਦੁਕਾਨ ਦੇ ਉੱਤੇ ਬੈਠਿਆ ਤਾਂ ਉੱਥੇ ਆਉਂਦੇ ਸਾਰ ਹੀ ਬਾਈਕ 'ਤੇ ਆਏ ਇਹਨਾਂ ਲੁਟੇਰਿਆਂ ਦੇ ਵੱਲੋਂ ਉਸ 'ਤੇ ਹਮਲਾ ਕਰ ਦਿੱਤਾ ਗਿਆ। ਉਸਦੇ ਕੋਲੋਂ ਲੁੱਟ ਖੋਹ ਦੀ ਕੋਸ਼ਿਸ਼ ਕੀਤੀ ਗਈ, ਪਰ ਜਿਵੇਂ ਹੀ ਆਟਾ ਚੱਕੀ ਵਾਲੇ ਨੇ ਉਸਦਾ ਵਿਰੋਧ ਕੀਤਾ ਅਤੇ ਉਹਨਾਂ ਦਾ ਮੁਕਾਬਲਾ ਕੀਤਾ ਤਾਂ ਗੁੱਸੇ ਦੇ ਵਿੱਚ ਆਏ ਲੁਟੇਰਿਆਂ ਨੇ ਉਸਦੇ ਪੈਰ ਦੇ ਵਿੱਚ ਗੋਲੀ ਮਾਰ ਦਿੱਤੀ, ਜਿਸ ਦੇ ਕਾਰਨ ਉਹ ਕਾਫ਼ੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਅਤੇ ਉਸਨੂੰ ਇਲਾਜ ਦੇ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਦੱਸ ਦਈਏ ਕਿ ਇਹ ਮਾਮਲਾ ਟਾਂਡਾ ਤੋਂ ਸਾਹਮਣੇ ਆਇਆ। ਹਾਲਾਂਕਿ ਜੇਕਰ ਟਾਂਡਾ ਦੀ ਗੱਲ ਕੀਤੀ ਜਾਵੇ ਤਾਂ ਟਾਂਡਾ ਦੇ ਵਿੱਚ ਇਹ 24 ਘੰਟਿਆਂ 'ਚ ਦੂਸਰੀ ਵਾਰਦਾਤ ਹੈ। ਇਸ ਤੋਂ ਠੀਕ ਪਹਿਲਾਂ ਇੱਕ ਮੀਟ ਵੇਚਣ ਵਾਲੇ ਵਿਅਕਤੀ ਦੇ ਨਾਲ ਵੀ ਲੁੱਟ ਖੋਹ ਕੀਤੀ ਗਈ ਹੈ। ਉਸਦੇ ਢਿੱਡ ਦੇ ਵਿੱਚ ਚਾਕੂ ਮਾਰ ਕੇ ਉਸ ਤੋਂ 1.5 ਲੱਖ ਰੁਪਏ ਖੋਹ ਲਏ ਗਏ ਨੇ। ਹਾਲਾਂਕਿ ਉਸਨੇ ਵੀ ਇਸਦਾ ਵਿਰੋਧ ਕੀਤਾ, ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਜੋ ਲੁਟੇਰੇ ਸੀ ਉਹ ਤੇਜ਼ ਧਾਰ ਹਥਿਆਰਾਂ ਦੇ ਨਾਲ ਲੈਸ ਸੀ ਅਤੇ ਉਸ ਮੀਟ ਵਿਕਰੇਤਾ ਦੇ ਉੱਤੇ ਕਾਫ਼ੀ ਜ਼ਿਆਦਾ ਤੇਜ਼ ਧਾਰ ਹਥਿਆਰਾਂ ਨਾਲ ਹਮਲੇ ਕੀਤੇ ਗਏ, ਜਿਸ ਦੇ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਅਤੇ ਇਸ ਦੇ ਨਾਲ ਹੀ ਹੁਣ ਇਹ ਦੂਜੀ ਵਾਰਦਾਤ ਹੈ ਤਾਂ ਕਿਹਾ ਜਾ ਸਕਦਾ ਹੈ ਕਿ ਟਾਂਡਾ ਦੇ ਵਿੱਚ ਜੋ ਲੁਟੇਰੇ ਨੇ ਉਹ ਬੇਖੌਫ ਹੋ ਕੇ ਆਪਣੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ। ਪਹਿਲਾਂ ਮੀਟ ਵਿਕਰੇਤਾ ਨੂੰ ਲੁੱਟਿਆ ਅਤੇ ਫਿਰ ਉਸ ਤੋਂ ਬਾਅਦ ਇੱਕ ਆਟਾ ਚੱਕੀ ਵਾਲੇ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ, ਪਰ ਆਟਾ ਚੱਕੀ ਵਾਲਾ ਦਲੇਰ ਨਿਕਲਿਆ ਅਤੇ ਉਸਨੇ ਇਹਨਾਂ ਲੁਟੇਰਿਆਂ ਨੂੰ ਖਦੇੜ ਦਿੱਤਾ ਅਤੇ ਲੁਟੇਰੇ ਜੋ ਸੀ ਜਾਂਦੇ ਜਾਂਦੇ ਉਹਨਾਂ ਨੇ ਆਟਾ ਚੱਕੀ ਵਾਲੇ ਦੇ ਪੈਰ 'ਚ ਗੋਲੀ ਮਾਰ ਦਿੱਤੀ। ਮੇਰਾ ਨਾਮ ਰਣਵੀਰ ਸਿੰਘ ਹੈ। ਮੇਰੇ ਫਾਦਰ ਸਾਹਿਬ ਚੱਕੀ ਬੰਦ ਕਰਕੇ ਆ ਰਹੇ ਅੰਮ੍ਰਿਤਪਾਲ ਸਿੰਘ, ਇਹ ਚੱਕੀ ਤੋਂ ਆਪਣੀ ਬੰਦ ਸ਼ੋਪ ਕਰ ਬੰਦ ਕਰਕੇ ਆ ਰਹੇ ਸੀਗੇ। ਹੱਥ 'ਚ ਬੈਗ ਸੀਗਾ, ਪੈਸੇ ਸੀ, ਆਪਣੀ ਸੱਗਣਾ ਚੱਕੀ 100 ਕਿਲੋਮੀਟਰ ਦੂਰ ਆ ਦੁਕਾਨ ਤੋਂ ਅਤੇ ਉਹ ਪਹਿਲਾਂ ਪਿੱਛਾ ਕਰ ਰਹੇ ਸੀ ਇਹਨਾਂ ਦਾ। ਇਹਨਾਂ ਉਹ 4 ਬੰਦੇ ਸੀਗੇ, ਹਾਂਜੀ, ਮੁੰਬਈ 'ਤੇ ਸੀਗੇ। ਉਹ ਪਹਿਲਾਂ ਆਏ, ਹੌਲੀ ਹੌਲੀ ਆਏ ਅਤੇ ਇੱਦਾਂ ਆਉਣ ਲੱਗੇ ਕਿ ਨੋਰਮਲ ਸਮਾਨ ਲੈਣ ਆ ਰਹੇ ਆ। ਉਹਨੇ ਪਹਿਲਾਂ ਆਉਂਦੀ ਪਟਰਾਲ ਮਾਰਨ ਦੀ ਕੋਸ਼ਿਸ਼ ਕੀਤੀ, ਇਹਨੇ ਅੱਗੇ ਆਪਣੇ ਹੱਥ ਬਾਂਹ ਕਰਤੀ, ਇਹਨੇ ਬਾਂਹ ਲੱਗ ਗਈ ਅੱਗੇ, ਉਹਨਾਂ ਨੇ ਆਪਣੇ ਬਚਾ ਲਈ ਗੋਲੀਆਂ ਮਾਰਤੀਆਂ, ਇੱਕ ਗੋਲੀ ਵਾਪਰੇ ਪੱਟ 'ਤੇ ਵੱਜ ਗਈ ਅਤੇ ਦੋ ਗੋਲੀਆਂ ਖਿਲਰ ਗਈਆਂ ਦੋ ਤਰ ਹੋਸਪਿਟਲ। ਮੈਂ ਆਪ ਲੈ ਕੇ ਆਪਣੇ ਘਰ 'ਤੇ, ਅਸੀਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਹਾਂ ਕਿ ਬਸ ਜਲਦੀ ਜਲਦੀ ਇਹਦਾ ਹੱਲ ਹੋਵੇ ਅਤੇ ਜਿਹੜੇ ਮੁਲਜ਼ਮ ਆ ਉਹ ਜੇਲ੍ਹ 'ਚੋਂ ਆਉਣ। ਪੇਸ਼ੈਂਟ ਅੰਮ੍ਰਿਤਪਾਲ ਸਿੰਘ ਆਏ ਨੇ ਸਗਰਾ ਦਾਸਰੇ ਪਿੰਡ, ਜਿੱਥੇ ਵਾਰਦਾਤ ਹੋਈ ਹੈ। ਕੋਈ ਲੁੱਟ ਖੋਹ ਦਾ ਕੇਸ ਕਹਿ ਰਹੇ ਹੋ ਆਪਣੇ ਮੂੰਹੋਂ, ਅਸੋਲਟ ਇਹੀ ਹੈ ਕਿ ਉਹਨਾਂ ਦੇ ਲੈਫਟ ਥਾਈ 'ਤੇ ਫਾਇਰ ਆਰਮ ਇੰਜਰੀ ਹੈਗੀ, ਐਂਟਰੀ ਵੂੰਡ ਹੈਗਾ ਆ ਅਤੇ ਲੈਫਟ ਰਿਸਟ 'ਤੇ ਵੀ ਵੂੰਡ ਹੈਗਾ ਇਨਸਾਨ, ਅਤੇ ਉਹਦਾ ਪੇਸ਼ੈਂਟ ਓਰੀਐਂਟਡ ਹੈਗਾ ਆ, ਵਾਈਟਲ ਸਟੇਬਲ ਹੈਗੇ ਆ, ਤਾਂ ਠੀਕ ਹੈ, ਹਜੇ ਪੇਸ਼ੈਂਟ ਦੀ ਹਾਲਤ ਠੀਕ ਹੈ। ਗੋਲੀ ਪਟ ਲਈ ਡਾਟ ਹੱਥੇ
ਦੇਖੋ ਜੀ ਕਾਨੂੰਨ ਵੈਸਾ ਗਲਤ ਲੋਟਾਂ ਰੋਜ਼ਾ ਇਹੋ ਕੰਮ ਕੋਈ ਕਿਤੇ ਕੋਈ ਕਿਤੇ ਹੋ ਕਿਤੇ ਮਾਂ ਖੋਲ ਕੇ ਕੁਛ ਖੋਲ ਕੇ ਰੋਜ਼ਾ ਜਿੰਨੀ ਕੰਮ ਜਿਹੜੀ ਸਗਰਾਂ ਲੁੱਟ ਦਾ ਮਾਮਲਾ ਹੋਇਆ ਕੀ ਹੋਈ ਵਾਰਦਾਤ ਪੂਰੀ ਅੱਜ ਰਾਤ ਨੂੰ ਕਰੀਬ 8:30 ਦੇ ਕਰੀਬ ਪਿੰਡ ਦੇ ਵਿੱਚ ਜਿਹੜੀ ਕਰਿਆਨੇ ਦੀ ਦੁਕਾਨ ਹੈ ਇੱਥੇ ਚਾਰ ਜਿਹੜੇ ਅਣਪਛਾਤੇ ਵਿਅਕਤੀ ਉਹਨਾਂ ਨੇ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਜਿਹੜੇ ਮਕਾਨ ਜਿਹੜੇ ਦੁਕਾਨ ਦੇ ਮਾਲਕ ਸੀ ਉਹਨਾਂ ਬੜੀ ਬਹਾਦਰੀ ਦੇ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਅਤੇ ਉਹਨਾਂ ਨੂੰ ਉਹਦੀ ਜਿਹੜੀ ਹੈਗੀ ਕਾਮਯਾਬ ਫਿਰ ਉਹਨਾਂ ਨੇ ਉੱਥੇ ਫਾਇਰ ਕਰ ਦਿੱਤਾ ਜਿਹਦੇ ਨਾਲ ਉਹਨਾਂ ਦੇ ਪੱਟ 'ਤੇ ਗੋਲੀ ਲੱਗ ਗਈ ਅਸੀਂ FIR ਦਰਜ ਕਰ ਰਹੇ ਹਾਂ ਜਲਦੀ ਦੋਸ਼ੀਆਂ ਨੂੰ ਭਾਲ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾਵੇਗਾ